ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਸੰਗਤ ਜੀ, ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤਿਆਂ ਪੂਰਾ ਸੁਣਿਓ ਜੀ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਹਾਂਪੁਰਖਾਂ ਵੱਲੋਂ ਦੱਸਿਆ ਹੋਇਆ ਸਿਰੇ ਦਾ ਨੁਕਤਾ, ਸਿਰੇ ਦੀ ਜੁਗਤੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਸ ਨੁਕਤੇ ਦੇ ਰਾਹੀਂ ਮਹਾਂਪੁਰਖ ਜੀ ਕਹਿੰਦੇ ਵੀ ਜੋ ਵੀ ਸਾਡੇ ਕਰਮ ਦੋਸ਼ ਨੇ ਨਾ, ਉਹ ਖਤਮ ਹੋ ਸਕਦੇ ਆ। ਸੰਗਤ ਜੀ, ਜ਼ਿੰਦਗੀ ਦੇ ਵਿੱਚ ਆਏ ਵੱਡੇ ਵੱਡੇ ਦੁੱਖ ਛੋਟੇ ਹੋ ਕੇ ਲੰਘ ਜਾਣਗੇ ਜੇਕਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ। ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਮੱਸਿਆ ਚੱਲ ਰਹੀ ਆ, ਕੋਈ ਵੀ ਦੁੱਖ ਰੋਗ ਪਰੇਸ਼ਾਨੀ ਆ, ਜਾਂ ਫਿਰ ਤੁਹਾਡੇ ਕਿਸੇ ਭੈਣ ਭਰਾ ਕਿਸੇ ਰਿਸ਼ਤੇਦਾਰ ਦੀ ਜ਼ਿੰਦਗੀ ਦੇ ਵਿੱਚ ਕੋਈ ਚਿੰਤਾ ਦੀ ਘੜੀ ਚੱਲ ਰਹੀ ਆ, ਤਾਂ ਉਹਨਾਂ ਦੇ ਨਾਲ ਇਹ ਵੀਡੀਓ, ਇਹ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਜੀ। ਜਿਸ ਦਾ ਵੀ ਤੁਸੀਂ ਦਿਲੋਂ ਭਲਾ ਕਰਨਾ ਚਾਹੁੰਦੇ ਆ, ਜਿਹਨੂੰ ਤੁਸੀਂ ਦਿਲੋਂ ਹੀ ਤਰੱਕੀ ਕਰਦਾ ਦੇਖਣਾ ਚਾਹੁੰਦੇ ਆ, ਉਹਦੇ ਨਾਲ ਵੀਡੀਓ ਦੀ ਇਹ ਜਾਣਕਾਰੀ ਜਾਂ ਫਿਰ ਵੀਡੀਓ ਹੀ ਸਾਂਝੀ ਕਰ ਦੇਣਾ, ਤਾਂ ਜੋ ਇਹ ਮੈਸੇਜ ਉਸ ਭੈਣ ਭਰਾ ਤੱਕ ਪਹੁੰਚ ਸਕੇ। ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਜਿਸ ਵੀ ਮਨੁੱਖ ਨੇ ਇਹ ਕੰਮ ਕਰਨਾ ਸ਼ੁਰੂ ਕਰ ਲਿਆ, ਉਹਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ। ਮਹਾਂਪੁਰਖ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਬੇਅੰਤ ਮਿਹਰਬਾਨ ਹੁੰਦੇ ਨੇ, ਹਰ ਥਾਂ 'ਤੇ ਸਹਾਈ ਹੁੰਦੇ ਨੇ, ਹਰ ਕੰਮ ਦੇ ਵਿੱਚ ਆਪ ਵਰਤਦੇ ਨੇ। ਤਾਂ ਫਿਰ ਇਹ ਕਿਹੜਾ ਕੰਮ ਆ ਜਿਹੜਾ ਕੰਮ ਕਰਨ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਸਾਡੇ 'ਤੇ ਇੰਨੇ ਮਿਹਰਬਾਨ ਹੋ ਜਾਂਦੇ ਨੇ? ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਬਿਲਕੁਲ ਸੱਚੀ ਘਟਨਾ ਸਾਂਝੀ ਕਰਾਂਗੇ। ਇਹ ਘਟਨਾ ਇਹ ਸਾਖੀ ਆ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ ਸਮੇਂ ਦੀ। ਬਾਬਾ ਜੀ ਦੇ ਸਮੇਂ ਦੇ ਵਿੱਚ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਪਰਿਵਾਰ ਪੂਰਾ ਅਮੀਰ, ਜ਼ਮੀਨਾਂ ਜਾਇਦਾਦਾਂ ਦਾ ਮਾਲਕ, ਘਰ ਦੇ ਵਿੱਚ ਵੀ ਮੱਝਾਂ ਗਾਵਾਂ, ਭਾਵ ਕਿ ਰਿਜਕ ਦੀ ਕੋਈ ਕਮੀ ਨਹੀਂ। ਪਰ ਕਹਿੰਦੇ ਪਤਾ ਨਹੀਂ ਕਿਹੜਾ ਮਾੜਾ ਕਰਮ ਅੱਗੇ ਆਇਆ, ਜਾਂ ਫਿਰ ਉਹਨਾਂ ਤੋਂ ਪਤਾ ਨਹੀਂ ਕਿਹੜੀ ਐਸੀ ਗਲਤੀ ਹੋ ਗਈ ਕਿ ਉਹਨਾਂ ਦੇ ਉੱਤੇ ਅਚਾਨਕ ਹੀ ਮਾੜਾ ਸਮਾਂ ਸ਼ੁਰੂ ਹੋ ਗਿਆ। ਅਮੀਰੀ ਤੋਂ ਇੱਕਦਮ ਗਰੀਬੀ ਆ ਗਈ। ਜੋ ਵੀ ਜ਼ਮੀਨਾਂ ਜਾਇਦਾਦਾਂ ਸਨ ਉਹ ਵਿਕਣੀਆਂ ਸ਼ੁਰੂ ਹੋ ਗਈਆਂ, ਕੁਝ ਗਹਿਣੇ ਪਾ ਦਿੱਤੀਆਂ। ਇੱਕਦਮ ਕਹਿੰਦੇ ਉਹਨਾਂ ਦੇ ਸਿਰ 'ਤੇ ਕਰਜ਼ਾ ਚੜ੍ਹ ਗਿਆ। ਕਹਿੰਦੇ ਇੱਥੋਂ ਤੀਕਰ ਕਿ ਘਰ ਦੇ ਵਿੱਚ ਜੋ ਦੁੱਧ ਪੀਣ ਨੂੰ ਮੱਝਾਂ ਗਾਵਾਂ ਰੱਖੀਆਂ ਸਨ ਉਹ ਵੀ ਵਿਕਣੀਆਂ ਸ਼ੁਰੂ ਹੋ ਗਈਆਂ। ਇਸ ਕਰਕੇ ਕਹਿੰਦੇ ਪੂਰਾ ਪਰਿਵਾਰ, ਘਰ ਦਾ ਮੁਖੀਆ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਰਹਿਣ ਲੱਗਾ ਵੀ ਇਹ ਸਾਡੇ ਉੱਤੇ ਕਿਹੋ ਜਿਹਾ ਸਮਾਂ ਆ ਗਿਆ ਇਹ। ਕਿਉਂਕਿ ਸੰਗਤ ਜੀ, ਜਦੋਂ ਅਚਾਨਕ ਇੱਦਾਂ ਦਾ ਸਮਾਂ ਆ ਜਾਵੇ ਤਾਂ ਕਈਆਂ ਤੋਂ ਤਾਂ ਝੱਲਿਆ ਨਹੀਂ ਜਾਂਦਾ। ਕੁਝ ਲੋਕ ਹਿੰਮਤ ਹਾਰ ਕੇ ਬੈਠ ਜਾਂਦੇ ਨੇ। ਵਿਰਲੇ ਮਨੁੱਖ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਹੁੰਦੀ ਆ, ਜੋ ਅਜਿਹੇ ਘਾਟਿਆਂ ਨੂੰ ਝੱਲ ਜਾਂਦੇ ਨੇ ਅਤੇ ਫਿਰ ਤੋਂ ਕੋਸ਼ਿਸ਼ ਕਰਕੇ ਮਾੜੇ ਸਮੇਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ। ਪਰ ਕਈ ਲੋਕ ਅਜਿਹੇ ਘਾਟਿਆਂ ਨੂੰ ਝੱਲ ਹੀ ਨਹੀਂ ਪਾਉਂਦੇ। ਇਸੇ ਕਰਕੇ ਤਾਂ ਸਾਡੇ ਬਜ਼ੁਰਗ, ਕਮਾਈ ਵਾਲੇ ਸੰਤ ਮਹਾਂਪੁਰਖ ਜੀ ਹਮੇਸ਼ਾ ਸਾਨੂੰ ਇਹ ਗੱਲਾਂ ਸਮਝਾਉਂਦੇ ਰਹਿੰਦੇ ਨੇ ਕਿ ਭਾਈ, ਇਹ ਧਨ ਦੌਲਤ ਦੇ ਨਾਲ, ਜ਼ਮੀਨਾਂ ਜਾਇਦਾਦਾਂ ਦੇ ਨਾਲ ਬਹੁਤਾ ਮੋਹ ਨਹੀਂ ਰੱਖਣਾ ਚਾਹੀਦਾ, ਕਿਉਂਕਿ ਇਹ ਸਦਾ ਇੱਕ ਥਾਂ 'ਤੇ ਟਿਕੀਆਂ ਰਹਿਣ ਵਾਲੀਆਂ ਨਹੀਂ। ਨਾ ਤਾਂ ਇਹਨਾਂ ਦਾ ਬਹੁਤਾ ਮੋਹ ਕਰੋ ਅਤੇ ਨਾ ਹੀ ਇਹਨਾਂ ਦਾ ਮਾਣ ਹੰਕਾਰ ਕਰੋ, ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਹੜੀ ਗਲਤੀ ਕਰਕੇ ਇਹਨਾਂ ਨੇ ਹੱਥੋਂ ਖੁੱਸ ਜਾਣਾ ਹੈ, ਜਾਂ ਕਈ ਵਾਰ ਕੋਈ ਕਰਮ ਦੋਸ਼, ਕੋਈ ਮਾੜਾ ਕਰਮ ਅੱਗੇ ਆ ਗਿਆ ਤਾਂ ਬੰਦੇ ਦੀ ਮੱਤ ਮਾਰੀ ਜਾਂਦੀ ਆ, ਗਲਤੀਆਂ ਆਪੇ ਹੋ ਜਾਂਦੀਆਂ ਨੇ।
ਸੋ ਸੰਗਤ ਜੀ, ਉਸ ਪਰਿਵਾਰ ਤੋਂ ਵੀ ਨਾ ਜਾਣੇ ਕਿਹੜੀ ਗਲਤੀ ਹੋਈ ਜਾਂ ਕਿਹੜਾ ਮਾੜਾ ਕਰਮ ਉਹਨਾਂ ਦੇ ਅੱਗੇ ਆਇਆ ਕਿ ਉਹਨਾਂ ਦਾ ਰਾਜ ਭਾਗ ਉਹਨਾਂ ਤੋਂ ਖੁੱਸ ਗਿਆ, ਭਾਵ ਕਿ ਉਹਨਾਂ ਦੇ ਉੱਤੇ ਮਾੜੇ ਦਿਨ ਸ਼ੁਰੂ ਹੋ ਗਏ, ਕਰਜ਼ਾ ਸਿਰ 'ਤੇ ਚੜ ਗਿਆ। ਕਹਿੰਦੇ ਦੁਖੀ ਤਾਂ ਉਹ ਪਹਿਲਾਂ ਹੀ ਬਹੁਤ ਸਨ, ਪਰ ਕੁਝ ਲੋਕਾਂ ਨੇ ਉਹਨਾਂ ਨੂੰ ਹੋਰ ਡਰਾ ਦਿੱਤਾ। ਕੁਝ ਕੁ ਲੋਕ ਉਹਨਾਂ ਦੇ ਸਲਾਹਕਾਰ, ਆਪਣੀ ਜ਼ਿੰਦਗੀ ਦੇ ਵਿੱਚ ਵੀ ਅਜਿਹੇ ਕੁਝ ਲੋਕ ਹੁੰਦੇ ਆ, ਕੁਝ ਰਿਸ਼ਤੇਦਾਰ ਹੁੰਦੇ ਆ ਜੋ ਖੁਦ ਵੀ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੁੰਦੇ ਆ ਅਤੇ ਦੂਜਿਆਂ ਨੂੰ ਵੀ ਫਸਾਉਣ ਦਾ ਪੂਰਾ ਯਤਨ ਕਰਦੇ ਨੇ। ਇੱਦਾਂ ਹੀ ਕਹਿੰਦੇ ਉਹਨਾਂ ਦੇ ਵੀ ਕੁਝ ਕੁ ਜਾਣਕਾਰਾਂ ਨੇ, ਕੁਝ ਰਿਸ਼ਤੇਦਾਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੁਹਾਡੇ ਉੱਤੇ ਅਚਾਨਕ ਇਹ ਮਾੜਾ ਸਮਾਂ ਇੱਦਾਂ ਹੀ ਨਹੀਂ ਆ ਗਿਆ, ਚਲਦੇ ਚਲਦੇ ਕੰਮ ਇੱਦਾਂ ਤਾਂ ਨਹੀਂ ਰੁਕ ਗਏ, ਜ਼ਰੂਰ ਤੁਹਾਡੇ ਉੱਤੇ ਕਿਸੇ ਨੇ ਕੁਝ ਕਰ ਦਿੱਤਾ ਹੈ, ਇਹ ਤਾਂ ਜਾਦੂ ਟੂਣੇ ਜੰਤਰ ਮੰਤਰਾਂ ਵਾਲੀ ਗੱਲ ਲੱਗਦੀ ਆ। ਭਾਵ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਵਹਿਮ ਬਿਠਾ ਦਿੱਤਾ। ਵਹਿਮ ਦੇ ਚੱਲਦਿਆਂ ਉਹ ਵੀ ਸੱਜੇ ਖੱਬੇ ਭੱਜਣ ਲੱਗੇ, ਕਈ ਥਾਵਾਂ 'ਤੇ ਗਏ ਪਰ ਕੋਈ ਹੱਲ ਨਹੀਂ ਹੋਇਆ, ਆਪਣੇ ਪੈਸੇ ਦੀ ਸਮੇਂ ਦੀ ਬਰਬਾਦੀ ਕਰਕੇ ਬੈਠ ਗਏ। ਕਹਿੰਦੇ ਚੰਗੀ ਕਿਸਮਤ ਕਰਕੇ ਇੱਕ ਦਿਨ ਉਹ ਪਰਿਵਾਰ ਦੇ ਮੁਖੀਏ ਦਾ ਮੇਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਪਿਆਰੇ ਸਿੱਖ ਦੇ ਨਾਲ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਨੇ ਕਿਹਾ ਵੀ ਭਾਈ ਤੂੰ ਵਹਿਮਾਂ ਭਰਮਾਂ ਦੇ ਵਿੱਚ ਕਿਉਂ ਫਸਿਆ ਹੈ? ਜੇਕਰ ਤੇਰੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਤਾਂ ਤੂੰ ਆਪਣੇ ਨੇੜੇ ਕਮਾਈ ਵਾਲੇ ਸੰਤ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਦੇ ਕੋਲ ਜਾ, ਉਹ ਤੈਨੂੰ ਤੇਰੀ ਮੁਸ਼ਕਲ ਦਾ ਹੱਲ ਵੀ ਦੱਸਣਗੇ, ਜਾਂ ਤੂੰ ਉਹਨਾਂ ਕੋਲ ਚਲਿਆ ਜਾ। ਕਹਿੰਦੇ ਉਹ ਮਨੁੱਖ ਸਿੱਧਾ ਸਾਦਾ ਭੋਲਾ ਭਾਲਾ ਸੀ। ਕਹਿੰਦੇ ਅਗਲੇ ਦਿਨ ਹੀ ਬਾਬਾ ਆਨੰਦ ਸਿੰਘ ਜੀ ਨੂੰ ਮਿਲਣ ਦੇ ਲਈ ਚਲਿਆ ਗਿਆ। ਕਹਿੰਦੇ ਬਾਬਾ ਆਨੰਦ ਸਿੰਘ ਜੀ ਸਵੇਰੇ ਸਵੇਰ ਸੈਰ ਕਰਿਆ ਕਰਦੇ ਸਨ, ਤਾਂ ਕਹਿੰਦੇ ਰਸਤੇ ਦੇ ਵਿੱਚ ਖੜ ਗਿਆ ਕਿ ਬਾਬਾ ਜੀ ਜਦੋਂ ਇੱਧਰ ਸੈਰ ਕਰਦੇ ਕਰਦੇ ਲੰਘਣਗੇ ਤਾਂ ਆਪਣੀ ਸਾਰੀ ਸਮੱਸਿਆ ਉਹਨਾਂ ਨੂੰ ਦੱਸ ਦੇਵਾਂਗਾ। ਕਹਿੰਦੇ ਬਾਬਾ ਜੀ ਆਏ, ਕੋਲ ਦੀ ਲੰਘ ਗਏ ਪਰ ਇਹ ਕੁਝ ਵੀ ਕਹਿ ਹੀ ਨਾ ਸਕਿਆ, ਸਿਰਫ ਬਾਬਾ ਜੀ ਦੇ ਮੁੱਖ ਵੱਲ ਦੇਖਦਾ ਰਿਹਾ, ਇੱਦਾਂ ਹੀ ਘਰ ਨੂੰ ਚਲਿਆ ਗਿਆ। ਕਹਿੰਦੇ ਉਹ ਗੁਰਮੁਖ ਪਿਆਰੇ ਨੇ ਕਿਹਾ ਵੀ ਹਾਂ ਭਾਈ ਬਾਬਾ ਜੀ ਨੂੰ ਮਿਲਿਆ ਸੀ, ਕੀ ਬਚਨ ਹੋਏ? ਤਾਂ ਇਹਨੇ ਕਿਹਾ ਵੀ ਮੇਰੀ ਤਾਂ ਹਿੰਮਤ ਹੀ ਨਹੀਂ ਹੋਈ ਮੈਂ ਬਾਬਾ ਜੀ ਨੂੰ ਕੁਛ ਪੁੱਛਾਂ। ਕਹਿੰਦੇ ਉਹ ਗੁਰਮੁਖ ਪਿਆਰੇ ਨੇ ਫਿਰ ਸਮਝਾਇਆ ਕਿ ਭਾਈ ਤੇਰੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਬਾਬਾ ਜੀ ਕਰ ਸਕਦੇ ਨੇ, ਤੂੰ ਕੱਲ੍ਹ ਫਿਰ ਜਾਵੀਂ। ਕਹਿੰਦੇ ਅਗਲੇ ਦਿਨ ਫਿਰ ਉਹ ਮਨੁੱਖ ਉਸੇ ਹੀ ਰਸਤੇ ਦੇ ਵਿੱਚ ਖੜ ਗਿਆ, ਬਾਬਾ ਜੀ ਫਿਰ ਆਏ, ਕੋਲ ਦੀ ਲੰਘ ਗਏ। ਬਾਬਾ ਜੀ ਸਮਝ ਗਏ ਵੀ ਇਹ ਮਨੁੱਖ ਕੁਝ ਕਹਿਣਾ ਚਾਹੁੰਦਾ ਹੈ ਪਰ ਪਤਾ ਨਹੀਂ ਕੀ ਗੱਲ ਕਹਿ ਨਹੀਂ ਪਾ ਰਿਹਾ, ਤਾਂ ਕਹਿੰਦੇ ਬਾਬਾ ਜੀ ਖੁਦ ਹੀ ਉਸ ਮਨੁੱਖ ਦੇ ਕੋਲ ਆਏ ਅਤੇ ਆ ਕੇ ਕਹਿਣ ਲੱਗੇ ਹਾਂ ਭਾਈ ਪੁਰਖਾ ਕੁਝ ਕਹਿਣਾ ਚਾਹੁੰਦਾ ਹੈ? ਤਾਂ ਕਹਿੰਦੇ ਇਹਨੇ ਆਪਣਾ ਸਾਰਾ ਹਾਲ ਬਿਆਨ ਕਰ ਦਿੱਤਾ ਕਿ ਬਾਬਾ ਜੀ ਘਰ ਦੇ ਵਿੱਚ ਬਹੁਤ ਗਰੀਬੀ ਆ ਗਈ ਆ, ਸਿਰ 'ਤੇ ਬਹੁਤ ਕਰਜ਼ਾ ਚੜ੍ਹ ਗਿਆ ਏ, ਇਸ ਕਰਕੇ ਮੈਂ ਬੜਾ ਦੁਖੀ ਪਰੇਸ਼ਾਨ ਹਾਂ ਅਤੇ ਮੈਨੂੰ ਕਿਸੇ ਨੇ ਕਿਹਾ ਏ ਕਿ ਤੈਨੂੰ ਕਿਸੇ ਨੇ ਕੁਝ ਕਰ ਦਿੱਤਾ ਏ। ਕਹਿੰਦੇ ਇਹ ਗੱਲ ਸੁਣ ਕੇ ਬਾਬਾ ਜੀ ਬੜਾ ਹੱਸੇ, ਬਾਬਾ ਜੀ ਹੱਸ ਕੇ ਕਹਿਣ ਲੱਗੇ ਵੀ ਭਲਿਆ ਤੇਰੇ 'ਤੇ ਹੋਰ ਕਿਸੇ ਨੇ ਕੀ ਕਰਨਾ ਹੈ, ਤੈਨੂੰ ਜੋ ਵੀ ਕੀਤਾ ਹੈ ਤੂੰ ਖੁਦ ਹੀ ਕੀਤਾ ਹੈ। ਬਾਬਾ ਜੀ ਨੇ ਸਾਰੀ ਗੱਲਬਾਤ ਸਮਝਾਈ ਕਿ ਪੁਰਖਾ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਸੁੱਖ ਸਾਨੂੰ ਮਿਲ ਰਹੇ ਹੈ ਨਾ, ਇਹ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਸਾਨੂੰ ਮਿਲਦਾ ਹੈ, ਇਸ ਕਰਕੇ ਕਿਸੇ ਦੇ ਉੱਤੇ ਦੋਸ਼ ਨਹੀਂ ਦੇਣੇ। ਜੇਕਰ ਤੇਰੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਦੀ ਘੜੀ ਆਈ ਆ, ਮੁਸ਼ਕਲ ਦੀ ਘੜੀ ਆਈ ਆ, ਤਾਂ ਇਹ ਤੇਰੇ ਹੀ ਕਰਮ ਦੋਸ਼ ਨੇ, ਪਰ ਤੂੰ ਫਿਕਰ ਨਾ ਕਰ, ਤੂੰ ਬਿਲਕੁਲ ਸਹੀ ਜਗ੍ਹਾ ਤੇ ਆਇਆ ਏ, ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਉੱਤੇ ਆਸ ਰੱਖ ਕੇ ਆਇਆ ਏ, ਗੁਰੂ ਨਾਨਕ ਪਾਤਸ਼ਾਹ ਜੀ ਦੇ ਲੜ ਲੱਗ ਜਾ, ਤੇਰੀ ਜ਼ਿੰਦਗੀ ਦੇ ਇਹ ਦੁੱਖ ਦੂਰ ਹੋ ਜਾਣਗੇ। ਬਾਬਾ ਜੀ ਨੇ ਕਿਹਾ ਤੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਇਹ ਔਖਾ ਵੇਲਾ ਆਇਆ ਏ ਨਾ, ਇਹ ਲੰਘ ਜਾਵੇਗਾ, ਪਰ ਤੈਨੂੰ ਇੱਕ ਕੰਮ ਕਰਨਾ ਪੈਣਾ ਹੈ। ਕਹਿੰਦੇ ਜਦੋਂ ਬਾਬਾ ਜੀ ਨੇ ਇੱਦਾਂ ਕਿਹਾ ਤਾਂ ਉਹ ਮਨੁੱਖ ਨੂੰ ਲੱਗਾ ਵੀ ਜਿਸ ਤਰ੍ਹਾਂ ਮੈਂ ਹੋਰ ਵੀ ਬਾਬਿਆਂ ਦੇ ਕੋਲ ਗਿਆ ਸੀ, ਉਹਨਾਂ ਨੇ ਮੇਰੇ ਤੋਂ ਕਾਫੀ ਸਾਰੇ ਪੈਸੇ ਲਏ,
ਹੋ ਸਕਦਾ ਇਹ ਬਾਬਾ ਜੀ ਵੀ ਮੇਰੇ ਤੋਂ ਪੈਸੇ ਮੰਗਣ, ਕੋਈ ਉਪਾਅ ਕਰਵਾਉਣਾ ਹੋਵੇ ਤਾਂ। ਕਹਿੰਦੇ ਇਹ ਭੋਲੇ ਭਾ ਕਹਿਣ ਲੱਗਾ, ਬਾਬਾ ਜੀ ਪੈਸੇ ਵਾਲਾ ਕੰਮ ਨਾ ਦੱਸਿਓ, ਕਿਉਂਕਿ ਪੈਸਾ ਖਰਚਣ ਦੀ ਹੁਣ ਮੇਰੇ ਕੋਲ ਵਾਹ ਨਹੀਂ, ਮੇਰੇ ਕੋਲ ਪੈਸਾ ਬਚਿਆ ਹੀ ਨਹੀਂ ਆ, ਇਸ ਕਰਕੇ ਮੈਂ ਕੋਈ ਵੀ ਦਾਨ ਪੁੰਨ ਨਹੀਂ ਕਰ ਸਕਦਾ, ਤੁਹਾਨੂੰ ਪੈਸਾ ਨਹੀਂ ਦੇ ਸਕਦਾ। ਜੇ ਤੁਸੀਂ ਇਹ ਕਹੋ ਕਿ ਅਖੰਡ ਪਾਠ ਕਰਾ ਲਾ ਤਾਂ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਹੈਗੇ, ਇਸ ਕਰਕੇ ਮੈਨੂੰ ਕੋਈ ਹੋਰ ਸੌਖਾ ਜਿਹਾ ਕੰਮ ਦੱਸ ਦਿਓ ਜੇ ਜਿਹਦੇ ਵਿੱਚ ਪੈਸਾ ਖਰਚ ਨਾ ਆਵੇ। ਕਹਿੰਦੇ ਬਾਬਾ ਜੀ ਉਹਦਾ ਭੋਲਾਪਣ ਦੇਖ ਕੇ ਹੋਰ ਖੁਸ਼ ਹੋਏ ਅਤੇ ਕਹਿਣ ਲੱਗੇ, ਤੂੰ ਡਰ ਨਾ, ਅਸੀਂ ਤੇਰੇ ਤੋਂ ਕੋਈ ਪੈਸਾ ਨਹੀਂ ਮੰਗਦੇ, ਜਿਹੜਾ ਕੰਮ ਤੈਨੂੰ ਕਰਨ ਨੂੰ ਦੱਸਣ ਜਾ ਰਹੇ ਹਾਂ ਨਾ, ਇਹ ਬਿਲਕੁਲ ਫਰੀ ਆ, ਕੋਈ ਪੈਸਾ ਖਰਚ ਨਹੀਂ ਲੱਗਣਾ, ਬਸ ਤੇਰੀ ਮਿਹਨਤ ਆ, ਜਿੰਨੀ ਤੂੰ ਕਰ ਲਵੇਂਗਾ ਨਾ ਓਨਾ ਹੀ ਫਲ ਤੇਰੀ ਝੋਲੀ ਦੇ ਵਿੱਚ ਪੈ ਜਾਵੇਗਾ। ਬਾਬਾ ਜੀ ਨੇ ਉਹਨੂੰ ਕਿਹਾ ਵੀ ਭਾਈ ਤੂੰ ਅੰਮ੍ਰਿਤ ਵੇਲੇ ਉੱਠਿਆ ਕਰ, ਉੱਠ ਕੇ ਨਾਮ ਜਪਿਆ ਕਰ, ਤੇ ਜਿੰਨਾ ਵੀ ਤੂੰ ਕਿਸੇ ਦਾ ਭਲਾ ਕਰ ਸਕਦਾ ਹੈ ਕਰ, ਹੌਲੀ ਹੌਲੀ ਤੇਰੇ ਚੰਗੇ ਕਰਮ ਬਣਨਗੇ ਤੇ ਤੇਰੇ ਜਿਹੜੇ ਮਾੜੇ ਕਰਮ ਨੇ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ। ਉਹ ਮਨੁੱਖ ਫਿਰ ਭੋਲੇ ਭਾ ਕਹਿਣ ਲੱਗਾ, ਕਹਿਣ ਲੱਗਾ ਬਾਬਾ ਜੀ ਇਹ ਕਿੰਨਾ ਕੁ ਸਮਾਂ ਲੱਗ ਜੂਗਾ? ਤਾਂ ਬਾਬਾ ਜੀ ਨੇ ਕਿਹਾ ਵੀ ਹੁਣ ਇਹ ਤਾਂ ਤੇਰੇ 'ਤੇ ਆ, ਸਮਾਂ ਕਿੰਨਾ ਵੀ ਲੱਗ ਸਕਦਾ। ਕਹਿੰਦੇ ਉਹ ਮਨੁੱਖ ਫਿਰ ਕਹਿਣ ਲੱਗਾ, ਨਹੀਂ ਬਾਬਾ ਜੀ ਮੈਨੂੰ ਤਾਂ ਕੋਈ ਐਸਾ ਕੰਮ ਦੱਸੋ ਜਿਹਦੇ ਨਾਲ ਛੇਤੀ ਛੇਤੀ ਮੈਨੂੰ ਫਾਇਦਾ ਹੋ ਜਾਵੇ, ਮੇਰੀ ਗਰੀਬੀ ਕੱਟੀ ਜਾਵੇ। ਤਾਂ ਬਾਬਾ ਜੀ ਕਹਿਣ ਲੱਗੇ, ਫਿਰ ਸੁਣ, ਜੇ ਤੂੰ ਛੇਤੀ ਹੀ ਆਪਣੇ ਮਾੜੇ ਕਰਮ ਕਟਵਾਉਣਾ ਚਾਹੁੰਦਾ ਹੈ, ਗੁਰੂ ਦੀ ਕਿਰਪਾ ਗੁਰੂ ਦੀ ਬਰਕਤ ਹਾਸਲ ਕਰਨੀ ਚਾਹੁੰਦਾ ਹੈ, ਤਾਂ ਫਿਰ ਰੋਜ਼ ਸਵੇਰੇ 2 ਵਜੇ ਉੱਠ ਜਾਇਆ ਕਰ। 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਖੁਦ ਬੈਠ ਕੇ ਨਾਮ ਜਪਣਾ ਹੈ, ਚੌਂਕੜਾ ਮਾਰ ਕੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਚਰਨਾਂ ਦਾ ਧਿਆਨ ਕਰਕੇ ਗੁਰੂ ਨੂੰ ਯਾਦ ਕਰਨਾ ਹੈ। ਭਾਵੇਂ ਤੂੰ ਗੁਰਬਾਣੀ ਦਾ ਪਾਠ ਕਰ ਲਵੇਂ, ਭਾਵੇਂ ਤੂੰ ਨਾਮ ਜਪ ਕਰ ਲਵੇਂ, ਜਿੱਥੇ ਤੇਰਾ ਮਨ ਟਿਕੇ ਤੂੰ ਉਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰੇ। ਫਿਰ ਜਦੋਂ ਤੂੰ ਘੰਟਾ ਡੇਢ ਘੰਟਾ 2 ਘੰਟੇ ਨਾਮ ਜਪ ਲਏ, ਫਿਰ ਇੱਕ ਖਾਲੀ ਪੀਪਾ ਲੈ ਲਵੇਂ, ਨਾਲ ਇੱਕ ਡੰਡਾ ਲੈ ਲਵੇਂ ਅਤੇ ਆਪਣੇ ਸਾਰੇ ਪਿੰਡ ਦਾ ਇੱਕ ਗੇੜਾ ਕੱਢ ਕੇ ਆਵੇ, ਪੀਪਾ ਖੜਕਾਉਂਦਾ ਜਾਣਾ ਹੈ ਅਤੇ ਨਾਲ ਨਾਲ ਹੋਕਾ ਦਿੰਦਾ ਜਾਣਾ ਹੈ ਕਿ ਉੱਠ ਜਾਗ ਸਵੇਰੇ ਜੀਵਣਾ ਤੇਰੇ ਨਾਮ ਜਪਣ ਦਾ ਵੇਲਾ। ਬਾਬਾ ਜੀ ਕਹਿਣ ਲੱਗੇ, ਤੇਰੇ ਹੋਕਾ ਦੇਣ ਕਰਕੇ ਤੇਰੀ ਆਵਾਜ਼ ਸੁਣ ਕੇ ਜਿਵੇਂ ਜਿਵੇਂ ਸਰੀਰ ਉੱਠਣੇ ਸ਼ੁਰੂ ਹੋ ਗਏ ਉਵੇਂ ਉਵੇਂ ਤੇਰਾ ਭਲਾ ਹੋਵੇਗਾ। ਕਹਿੰਦੇ ਉਹ ਮਨੁੱਖ ਨੇ ਬਾਬਾ ਜੀ ਨੂੰ ਸਤਿ ਵਚਨ ਕਿਹਾ ਅਤੇ ਅਗਲੇ ਹੀ ਦਿਨ ਤੋਂ 2 ਵਜੇ ਉੱਠ ਜਿਆ ਕਰੇ ਕਿ ਅਸੀਂ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਕੇ ਬੈਠੇ ਗੁਰੂ ਗੁਰੂ ਜਪਿਆ ਕਰੇ। ਫਿਰ ਬਾਬਾ ਜੀ ਦੇ ਕਹੇ ਅਨੁਸਾਰ ਖਾਲੀ ਪੀਪਾ ਖੜਕਾਉਂਦਾ ਹੋਇਆ ਇਹੋ ਹੋਕਾ ਦਿਆ ਕਰੇ ਕਿ ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ। ਬਹੁਤ ਸਾਰੇ ਲੋਕ ਉੱਠਣ ਲੱਗੇ। ਕਹਿੰਦੇ ਜਦੋਂ ਬਾਬਾ ਜੀ ਨੇ ਇਹਨੂੰ ਕਿਹਾ ਨਾ ਵੀ ਇਸ ਤਰ੍ਹਾਂ ਪੀਪਾ ਖੜਕਾਉਣਾ ਹੈ, ਤਾਂ ਇਹਨੇ ਉਦੋਂ ਹੀ ਬਾਬਾ ਜੀ ਨੂੰ ਇਹ ਸਵਾਲ ਕੀਤਾ ਸੀ। ਕਹਿਣ ਲੱਗਾ, ਬਾਬਾ ਜੀ ਮੈਂ ਪੀਪਾ ਖੜਕਾਉਣਾ ਸ਼ੁਰੂ ਕਰ ਦੇਵਾਂਗਾ, ਉੱਚੀ ਉੱਚੀ ਹੋਕਾ ਵੀ ਦੇ ਦੇਵਾਂਗਾ, ਪਰ ਜੇਕਰ ਪਿੰਡ ਵਾਲਿਆਂ ਨੇ ਮੇਰੇ ਤੇ ਗੁੱਸਾ ਕੀਤਾ, ਮੇਰੇ ਨਾਲ ਨਾਰਾਜ਼ ਹੋਏ, ਫਿਰ ਮੈਂ ਕੀ ਕਰਾਂਗਾ? ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਵੀ ਭਾਈ ਇਹ ਤਾਂ ਸਭ ਕੁਝ ਤੇਰੇ ਨਾਲ ਹੋਵੇਗਾ, ਕਿਉਂਕਿ ਅੰਮ੍ਰਿਤ ਵੇਲੇ ਦੀ ਨੀਂਦ ਤਾਂ ਸਾਰਿਆਂ ਨੂੰ ਬੜੀ ਪਿਆਰੀ ਹੁੰਦੀ ਆ। ਕਈ ਲੋਕਾਂ ਨੂੰ ਅੰਮ੍ਰਿਤ ਵੇਲੇ ਦੇ ਵਿੱਚ ਉਠਾਉਣ ਦੀ ਕੋਸ਼ਿਸ਼ ਕਰੀਏ ਅਗਲਾ ਗਲ ਪੈ ਜਾਂਦਾ ਹੈ, ਤੇਰੇ ਨਾਲ ਵੀ ਅਜਿਹਾ ਹੋਵੇਗਾ, ਕੁਝ ਲੋਕ ਤੈਨੂੰ ਮਾੜਾ ਚੰਗਾ ਵੀ ਕਹਿਣਗੇ, ਪਰ ਤੂੰ ਕਿਸੇ ਦਾ ਗੁੱਸਾ ਨਾ ਕਰੀ, ਤੂੰ ਆਪਣਾ ਕੰਮ ਕਰਦਾ ਜਾਵੀਂ, ਤੇਰਾ ਭਲਾ ਤਾਂ ਹੋਣਾ ਹੈ।
ਕਹਿੰਦੇ ਬਸ ਇਸ ਕਰਕੇ ਉਸੇ ਦਿਨ ਤੋਂ ਉਹਨੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾਂ ਹੋਕਾ ਦੇਣਾ ਸ਼ੁਰੂ ਕਰ ਦਿੱਤਾ। ਲੋਕ ਉੱਠਣੇ ਸ਼ੁਰੂ ਹੋ ਗਏ। ਕੁਝ ਦਿਨਾਂ ਬਾਅਦ ਬਾਬਾ ਜੀ ਦੇ ਕੋਲ ਗਿਆ। ਬਾਬਾ ਜੀ ਨੇ ਪੁੱਛਿਆ, ਹਾਂ ਭਾਈ ਤੇਰੇ ਹੋਕਾ ਦਿੱਤਿਆਂ ਕੋਈ ਉੱਠਦਾ ਹੈ ਕਿ ਨਹੀਂ ਉੱਠਦਾ? ਇਹਨੇ ਕਿਹਾ, ਬਾਬਾ ਜੀ ਕਾਫੀ ਲੋਕ ਉੱਠਦੇ ਨੇ। ਬਾਬਾ ਜੀ ਨੇ ਕਿਹਾ, ਉਹ ਕੀ ਕੰਮ ਕਰਦੇ ਨੇ? ਕਹਿਣ ਲੱਗਾ, ਕੁਝ ਲੋਕ ਤਾਂ ਆਪਣੀਆਂ ਮੱਝਾਂ ਗਾਵਾਂ ਲੈ ਕੇ ਚਾਰਨ ਤੁਰ ਪੈਂਦੇ ਨੇ, ਕੁਝ ਆਪਣੇ ਖੇਤਾਂ ਨੂੰ ਹਲ ਲੈ ਕੇ ਤੁਰ ਪੈਂਦੇ ਨੇ, ਅਤੇ ਕੁਝ ਕੁ ਲੋਕ ਗੁਰੂ ਘਰੇ ਵੀ ਜਾਂਦੇ ਨੇ। ਤਾਂ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਲੈ ਭਾਈ ਹੁਣ ਤੇਰੀ ਗੱਲ ਛੇਤੀ ਬਣ ਜਾਵੇਗੀ। ਇੱਕ ਦੋ ਸਰੀਰ ਗੁਰੂ ਘਰੇ ਜਾਂਦੇ ਆ ਨਾ, ਜਿਵੇਂ ਜਿਵੇਂ ਗੁਰੂ ਘਰ ਜਾਣ ਵਾਲਿਆਂ ਦੀ ਗਿਣਤੀ ਵਧੇਗੀ, ਤਿਵੇਂ ਤਿਵੇਂ ਤੇਰਾ ਭਲਾ ਹੋਵੇਗਾ। ਕਹਿੰਦੇ ਬਾਬਾ ਜੀ ਦੇ ਕਹੇ ਅਨੁਸਾਰ ਸੱਚਮੁੱਚ ਇਸ ਮਨੁੱਖ ਦਾ ਭਲਾ ਹੋਣਾ ਸ਼ੁਰੂ ਹੋ ਗਿਆ। ਇਹਨੇ ਰੋਜ਼ ਨਾਮ ਜਪਣਾ, ਜਪਣ ਤੋਂ ਬਾਅਦ ਹੋਰ ਕਿਸੇ ਦੇ ਨਾਮ ਜਪਣ ਦਾ ਬਹਾਨਾ ਬਣਨਾ, ਕਿਉਂਕਿ ਇਹਦਾ ਪੀਪਾ ਖੜਕਾਉਣਾ ਸਿਰਫ ਇੱਕ ਬਹਾਨਾ ਸੀ। ਉਠਾਉਣਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਪ ਹੁੰਦਾ ਹੈ, ਉਹ ਸਿਰਫ ਬਹਾਨਾ ਬਣਾਉਂਦੇ ਨੇ, ਵਡਿਆਈਆਂ ਆਪਣੇ ਪਿਆਰਿਆਂ ਨੂੰ ਦਿੰਦੇ ਨੇ, ਕਿਉਂਕਿ ਉਹਨਾਂ ਨੇ ਬਹਾਨੇ ਸਿਰ ਆਪਣੇ ਪਿਆਰਿਆਂ ਦੀ ਝੋਲੀ ਭਰਨੀ ਹੁੰਦੀ ਆ। ਕਿਉਂਕਿ ਸੰਗਤ ਜੀ, ਮਹਾਂਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਖੁਦ ਨਾਮ ਜਪਣ ਦਾ ਜਿੰਨਾ ਫਾਇਦਾ ਹੈ ਨਾ, ਉਦੋਂ ਕਿਤੇ ਵੱਧ ਫਾਇਦਾ ਹੈ ਜੇ ਆਪਣੇ ਕਰਕੇ ਕੋਈ ਜੀ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ। ਜੋੜਨਾ ਮਾਲਕ ਨੇ ਆ, ਆਪਾਂ ਸਿਰਫ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰਨੀ ਹੁੰਦੀ ਆ। ਅਤੇ ਹੁਣ ਜਿਹੜਾ ਆਹ ਸਮਾਂ ਚੱਲ ਰਿਹਾ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ, ਇਹਦੇ ਵਿੱਚ ਸਾਨੂੰ ਪੀਪਾ ਫੜ ਕੇ ਹੋਕਾ ਦੇਣ ਦੀ ਤਾਂ ਲੋੜ ਹੀ ਨਹੀਂ। ਬਸ ਆਪਾਂ ਇੱਕ ਨਿੱਕਾ ਜਿਹਾ ਕੰਮ ਕਰਨਾ ਹੁੰਦਾ ਹੈ, ਜਦੋਂ ਵੀ ਸਾਡੇ ਕੋਲ ਕੋਈ ਵੀ ਗੁਰੂ ਦੀ ਗੱਲ ਦੀ ਵੀਡੀਓ ਆਉਂਦੀ ਆ, ਕੋਈ ਅੰਮ੍ਰਿਤ ਵੇਲੇ ਦੀ ਸਾਖੀ ਆਉਂਦੀ ਆ, ਅੰਮ੍ਰਿਤ ਵੇਲੇ ਦੀ ਵੀਡੀਓ ਆਉਂਦੀ ਆ, ਜਾਂ ਕੋਈ ਵੀ ਗੁਰੂ ਦੇ ਨਾਲ ਰਿਲੇਟਡ ਗੱਲ ਸਾਡੇ ਮਨ ਨੂੰ ਚੰਗੀ ਲੱਗਦੀ ਆ, ਬਸ ਸ਼ੇਅਰ ਵਾਲੇ ਬਟਨ ਨੂੰ ਦੱਬ ਦੇਣਾ ਹੈ। ਜਿਨ੍ਹਾਂ ਜਿਨ੍ਹਾਂ ਦਾ ਤੁਸੀਂ ਭਲਾ ਕਰਨਾ ਚਾਹੁੰਦੇ ਆ, ਜਿਨ੍ਹਾਂ ਨੂੰ ਪਿਆਰ ਕਰਦੇ ਹੋ, ਉਹਨਾਂ ਤੱਕ ਉਹ ਵੀਡੀਓ ਪਹੁੰਚਾ ਦੇਣੀ ਹੈ। ਹੋ ਸਕਦਾ ਤੁਹਾਡੀ ਭੇਜੀ ਹੋਈ ਇੱਕ ਵੀਡੀਓ ਕਰਕੇ ਕੋਈ ਜੀ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ, ਤਾਂ ਆਪਾਂ ਸੋਚ ਵੀ ਨਹੀਂ ਸਕਦੇ ਵੀ ਸਾਡਾ ਕਿੰਨਾ ਭਲਾ ਹੋ ਜਾਵੇਗਾ। ਅੰਮ੍ਰਿਤ ਵੇਲੇ ਜਪੇ ਹੋਏ ਨਾਮ ਦਾ ਉਹਨੂੰ ਤਾਂ ਫਾਇਦਾ ਮਿਲਣਾ ਹੀ ਮਿਲਣਾ ਹੈ, ਨਾਲ ਤੁਹਾਡਾ ਵੀ ਭਲਾ ਹੋਵੇਗਾ। ਇਸ ਕਰਕੇ ਅੱਜ ਦੀ ਇਹ ਵੀਡੀਓ, ਇਹ ਸਾਖੀ ਸੁਣਾਉਣ ਦਾ ਮੇਨ ਮਕਸਦ ਇਹ ਆ ਵੀ ਆਪਾਂ ਖੁਦ ਵੀ ਅੰਮ੍ਰਿਤ ਵੇਲੇ ਉੱਠੀਏ, ਅਤੇ ਹੋਰਾਂ ਨੂੰ ਵੀ ਅੰਮ੍ਰਿਤ ਵੇਲੇ ਦੇ ਨਾਲ ਭਜਨ ਬੰਦਗੀ ਦੇ ਨਾਲ ਜੋੜਨ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰੀਏ। ਕਿਉਂਕਿ ਜਿਸ ਮਨੁੱਖ ਬਾਰੇ ਆਪਾਂ ਗੱਲ ਕੀਤੀ, ਇਹ ਕੋਈ ਕਹਾਣੀ ਨਹੀਂ ਆ, ਇਹ ਸੱਚੀ ਘਟਨਾ ਹੈ। ਬਾਬਾ ਆਨੰਦ ਸਿੰਘ ਜੀ ਦੇ ਨੇੜੇ ਪੈਂਦਾ ਪਿੰਡ ਕਲੇਰਾਂ, ਕਲੇਰਾਂ ਪਿੰਡ ਦਾ ਫਤਿਹ ਸਿੰਘ ਜੀ ਦਾ, ਕਹਿੰਦੇ ਅੱਜ ਬਾਕੀ ਦਾ ਪਰਿਵਾਰ ਕੈਨੇਡਾ ਦੇ ਵਿੱਚ ਵੱਸਦਾ ਹੈ। ਕਹਿੰਦੇ ਜਦੋਂ ਹੀ ਫਤਿਹ ਸਿੰਘ ਨੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕੀਤਾ, ਨਾਮ ਜਪਣਾ ਸ਼ੁਰੂ ਕੀਤਾ, ਹੋਰਾਂ ਨੂੰ ਉਠਾਉਣਾ ਸ਼ੁਰੂ ਕੀਤਾ, ਤਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਕਿ ਉਹਦੀ ਜ਼ਮੀਨ ਦਾ ਇੱਕ ਨਿੱਕਾ ਜਿਹਾ ਟੁਕੜਾ ਬਚਿਆ ਹੋਇਆ ਸੀ। ਉਹ ਜ਼ਮੀਨ ਦਾ ਨਿੱਕਾ ਜਿਹਾ ਟੁਕੜਾ ਹੀ, ਥੋੜ੍ਹੀ ਜਿਹੀ ਜ਼ਮੀਨ ਹੀ ਇੰਨੇ ਮਹਿੰਗੇ ਭਾਅ ਦੇ ਵਿੱਚ ਵਿਕ ਗਈ ਕਿ ਉਹਦੀ ਸਾਰੀ ਗਰੀਬੀ ਦੂਰ ਹੋ ਗਈ, ਕਰਜ਼ੇ ਵੀ ਲੈ ਗਏ, ਉਹਦਾ ਕੰਮ ਧੰਦਾ ਕਾਰੋਬਾਰ ਵੀ ਫਿਰ ਤੋਂ ਚੱਲ ਪਿਆ, ਅਤੇ ਕਾਰੋਬਾਰ ਦੇ ਵਿੱਚ ਦਿਨੋਂ ਦਿਨ ਬਰਕਤਾਂ ਪੈਣ ਲੱਗੀਆਂ। ਇੰਨੀ ਕਿਰਪਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦੇ ਉੱਤੇ। ਤਾਂ ਇਸ ਕਰਕੇ ਆਪਾਂ ਤਾਂ ਕੋਸ਼ਿਸ਼ ਕਰਨੀ ਹੈ, ਕਿਰਪਾ ਤਾਂ ਸਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਕਰਨੀ ਆ। ਇਸ ਲਈ ਮਹਾਂਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇ ਇਕੱਲੇ ਹੋ ਤਾਂ ਗੁਰੂ ਦੇ ਨਾਲ ਗੱਲਾਂ ਕਰੋ, ਜੇਕਰ ਚਾਰ ਜੀਆਂ ਦੇ ਵਿੱਚ ਬੈਠੇ ਹੋ ਤਾਂ ਗੁਰੂ ਦੀਆਂ ਗੱਲਾਂ ਕਰੋ, ਅੰਮ੍ਰਿਤ ਵੇਲੇ ਦੀਆਂ ਗੱਲਾਂ ਕਰੋ, ਤਾਂ ਜੋ ਹੋ ਸਕਦਾ ਹੈ ਸਾਡੇ ਮੁੱਖ ਚੋਂ ਨਿਕਲੀ ਕਿਸੇ ਇੱਕ ਗੱਲ ਕਰਕੇ ਕਿਸੇ ਦਾ ਭਲਾ ਹੋ ਜਾਵੇ, ਕਿਸੇ ਦਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ, ਉਹ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਹੋ ਜਾਵੇ। ਸੋ
ਇਹ ਸਾਖੀ ਆਪਾਂ ਮਹਾਂਪੁਰਖਾਂ ਦੇ ਪਾਸੋਂ ਸੁਣੀ ਸੀ ਜੋ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਆ। ਅਤੇ ਸਾਖੀ ਸੁਣਾਉਣ ਦਾ ਮਕਸਦ ਇਹੋ ਆ ਕਿ ਆਪਾਂ ਖੁਦ ਅੰਮ੍ਰਿਤ ਵੇਲੇ ਦੇ ਨਾਲ ਜੁੜੀਏ, ਭਜਨ ਬੰਦਗੀ ਦੇ ਨਾਲ ਜੁੜੀਏ ਅਤੇ ਹੋਰਾਂ ਨੂੰ ਜੋੜਨ ਦੀ ਇੱਕ ਕੋਸ਼ਿਸ਼ ਕਰੀਏ। ਕਿਰਪਾ ਤਾਂ ਮਾਲਕ ਨੇ ਕਰਨੀ ਆ, ਕਿਸੇ ਦੇ ਨਾਲ ਧੱਕਾ ਨਾ ਕਰੋ, ਪਰ ਆਪਣੇ ਵੱਲੋਂ ਇੱਕ ਪਿਆਰੀ ਜਿਹੀ ਮਿੱਠੀ ਜਿਹੀ ਕੋਸ਼ਿਸ਼ ਜ਼ਰੂਰ ਕਰੋ। ਅਤੇ ਜੇ ਤੁਹਾਡੀ ਕੋਸ਼ਿਸ਼ ਦੇ ਬਾਵਜੂਦ ਕਿਸੇ ਦੇ ਉੱਤੇ ਅਸਰ ਨਹੀਂ ਹੋ ਰਿਹਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਉਹਦੀ ਅਰਦਾਸ ਬੇਨਤੀ ਕਰ ਦਿਓ ਵੀ ਸਤਿਗੁਰ ਸੱਚੇ ਪਾਤਸ਼ਾਹ, ਮੈਂ ਦਿਲੋਂ ਹੀ ਆਪਣੇ ਇਸ ਭੈਣ ਭਰਾ ਦਾ, ਇਸ ਰਿਸ਼ਤੇਦਾਰ ਦਾ, ਇਸ ਆਂਢੀ ਗੁਆਂਢੀ ਦਾ ਭਲਾ ਚਾਹੁੰਦਾ ਹਾਂ, ਮੈਨੂੰ ਇਹਦੇ 'ਤੇ ਤਰਸ ਆਉਂਦਾ ਹੈ, ਇਸੇ ਕਰਕੇ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਵੀ ਤੁਸੀਂ ਇਹਦੀ ਬਾਂਹ ਫੜੋ, ਕਿਉਂਕਿ ਤੁਹਾਡੇ ਤੋਂ ਇਲਾਵਾ ਇਹਦੀ ਮਦਦ ਕੋਈ ਹੋਰ ਨਹੀਂ ਕਰ ਸਕਦਾ। ਸੰਗਤ ਜੀ, ਇਹ ਸੱਚ ਆ, ਆਪਣੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ, ਉਹ ਪੈਸੇ ਵਾਲਾ ਬੰਦਾ ਚਾਹ ਕੇ ਵੀ ਕਿਸੇ ਦਾ ਭਲਾ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਮਾਲਕ ਦੀ ਮਰਜ਼ੀ ਨਾ ਹੋਵੇ। ਕਿਉਂਕਿ ਮੰਨ ਲਓ ਆਪਾਂ ਪੈਸੇ ਦੇ ਨਾਲ ਕਿਸੇ ਦੀ ਮਦਦ ਕਰ ਰਹੇ ਹਾਂ, ਕਿਸੇ ਗਰੀਬ ਭੈਣ ਭਰਾ ਨੂੰ ਕੋਈ ਕੰਮ ਧੰਦਾ ਕਾਰੋਬਾਰ ਸ਼ੁਰੂ ਕਰਕੇ ਦੇ ਦਿੱਤਾ, ਪਰ ਜੇ ਉਹਦੇ ਕਰਮਾਂ ਦੇ ਵਿੱਚ ਗਰੀਬੀ ਲਿਖੀ ਆ, ਉਹਦੇ ਕਰਮ ਹੀ ਮਾੜੇ ਨੇ, ਤਾਂ ਫਿਰ ਉਹ ਸਾਡੀ ਕੀਤੀ ਹੋਈ ਮਦਦ ਕਿਸੇ ਕੰਮ ਨਹੀਂ ਆਉਣੀ। ਅਸੀਂ ਉਹਦੀ ਗਰੀਬੀ, ਉਹਦੀ ਮੁਹਤਾਜੀ ਦੂਰ ਨਹੀਂ ਕਰ ਸਕਦੇ। ਇਹ ਪਾਵਰ ਸਿਰਫ ਗੁਰੂ ਨਾਨਕ ਪਾਤਸ਼ਾਹ ਦੇ ਹੱਥ ਵਿੱਚ ਆ, ਉਹ ਪਰਮ ਪਿਤਾ ਪਰਮਾਤਮਾ ਦੇ ਹੱਥ ਵਿੱਚ ਆ, ਉਹ ਹੀ ਕਿਸੇ ਦੀ ਵੀ ਮੁਹਤਾਜੀ ਨੂੰ ਦੂਰ ਕਰ ਸਕਦੇ ਨੇ, ਕਿਸੇ ਦੀ ਗਰੀਬੀ ਨੂੰ ਕੱਟ ਸਕਦੇ ਆ। ਉਹ ਗਰੀਬੀ ਭਾਵੇਂ ਤਨ ਪੱਖੋਂ ਹੋਵੇ, ਭਾਵੇਂ ਧਨ ਪੱਖੋਂ ਤੇ ਭਾਵੇਂ ਮਨ ਪੱਖੋਂ, ਸਭ ਕੁਝ ਉਹ ਕਰਨ ਕਰਾਉਣ ਦੇ ਸਮਰੱਥ ਨੇ, ਉਹਨਾਂ ਦੇ ਹੱਥ ਕਲਮ ਆ। ਚਾਹੁਣ ਤਾਂ ਕਿਸੇ ਦੇ ਮਾੜੇ ਕਰਮਾਂ ਦੇ ਲੇਖੇ ਪਾੜ ਕੇ ਸੁੱਟ ਸਕਦੇ ਨੇ ਤਾਂ ਕਿਸੇ ਦੇ ਸੋਹਣੇ ਸੋਹਣੇ ਕਰਮ ਲਿਖ ਸਕਦੇ ਨੇ। ਤਾਂ ਬਸ ਆਪਾਂ ਗੁਰੂ ਵਾਲੇ ਬਣਨਾ ਹੈ, ਗੁਰੂ ਦੇ ਲੜ ਲੱਗਣਾ ਹੈ ਅਤੇ ਭਰੋਸੇ ਦੇ ਨਾਲ ਇੱਧਰ ਉੱਧਰ ਦੀਆਂ ਆਸਾਂ ਉਮੀਦਾਂ ਮਨ ਦੇ ਵਿੱਚੋਂ ਕੱਢ ਦੇਣੀਆਂ ਨੇ, ਕਿਉਂਕਿ ਜਦੋਂ ਆਪਾਂ ਚਾਰ ਸ਼ਫੇਰੇ ਤੋਂ ਆਸ ਰੱਖਦੇ ਹਾਂ ਨਾ, ਉਦੋਂ ਹੀ ਮਾਰ ਖਾਂਦੇ ਹਾਂ। ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੇ ਢੀਠ ਮੰਗਤੇ ਬਣ ਜਾਓ ਤਾਂ ਗੁਰੂ ਨਾਨਕ ਪਾਤਸ਼ਾਹ ਝੋਲੀ ਭਰ ਕੇ ਹੀ ਭੇਜਦੇ ਨੇ, ਪਰ ਨਿਮਾਣੇ ਹੋ ਕੇ ਆਓ। ਅਤੇ ਉਸ ਤੋਂ ਬਾਅਦ ਅੱਗੇ ਦੀ ਗੱਲ ਵੀ ਆ ਵੀ ਇਹ ਨਹੀਂ ਵੀ ਜੇ ਮਾਲਕ ਤੋਂ ਜੋ ਮੰਗਿਆ ਮਿਲ ਗਿਆ ਤਾਂ ਹੁਣ ਨਾਮ ਜਪਣਾ ਛੱਡ ਦਿੱਤਾ, ਨਾ ਜੀ ਨਾ, ਸਾਡਾ ਨੇਮ ਹੋਰ ਵਧਣਾ ਚਾਹੀਦਾ ਹੈ। ਉਹ ਫਤਿਹ ਸਿੰਘ ਜੀ ਨੇ ਵੀ ਗਰੀਬੀ ਕੱਟਣ ਤੋਂ ਬਾਅਦ ਆਪਣਾ ਨੇਮ ਛੱਡਿਆ ਨਹੀਂ, ਆਖਰੀ ਸਵਾਸਾਂ ਤੱਕ ਆਪਣਾ ਨੇਮ ਨਿਭਾਇਆ। ਤੇ ਜਿਹੜੇ ਨੇਮ ਦੇ ਪੱਕੇ ਹੁੰਦੇ ਆ ਨਾ, ਉਹੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਦੇ ਨੇ। ਇਹ ਨਹੀਂ ਆ ਵੀ ਜਦੋਂ ਸਾਡਾ ਮਤਲਬ ਆ ਉਦੋਂ ਤਾਂ ਅਸੀਂ ਦਿਨ ਰਾਤ ਇੱਕ ਕਰ ਦਈਏ, ਅੱਧੀ ਰਾਤ ਵੀ ਉੱਠ ਕੇ ਬੈਠ ਜਾਂਦੇ ਹਾਂ, ਦੁਪਹਿਰੇ ਵੀ ਬੈਠ ਜਾਂਦੇ ਹਾਂ, ਉਦੋਂ ਤਾਂ ਅਸੀਂ ਕੋਈ ਬਹਾਨਾ ਨਹੀਂ ਬਣਾਉਂਦੇ, ਪਰ ਜਦੋਂ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਤੇ ਫਿਰ ਕਹਿ ਦਿੰਦੇ ਹਾਂ ਜੀ ਕੰਮ ਧੰਦੇ ਹੀ ਬੜੇ ਨੇ, ਜ਼ਿੰਮੇਵਾਰੀਆਂ ਹੀ ਬੜੀਆਂ ਵੱਧ ਗਈਆਂ ਨੇ, ਨਾਮ ਜਪਿਆ ਹੀ ਨਹੀਂ ਜਾਂਦਾ, ਤਾਂ ਇੱਦਾਂ ਦੇ ਕੰਮ ਨਹੀਂ ਕਰਨੇ। ਹਮੇਸ਼ਾ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਵੀ ਵਾਹਿਗੁਰੂ ਜੀ ਤੁਹਾਡਾ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸੋ ਸੰਗਤ ਜੀ, ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ਼ ਕਰ ਦੇਣਾ, ਕਿਉਂਕਿ ਸੰਗਤ ਜੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਪੂਰਾ ਭਰੋਸਾ ਰੱਖੇ। ਜ਼ਿੰਦਗੀ ਦੇ ਵਿੱਚ ਦੁੱਖ ਹੋਵੇ, ਸੁੱਖ ਹੋਵੇ, ਜਿੱਦਾਂ ਦਾ ਵੀ ਸਮਾਂ ਹੋਵੇ, ਉਹਦਾ ਗੁਰੂ ਦੇ ਉੱਤੇ ਭਰੋਸਾ ਡੋਲਣਾ ਨਹੀਂ ਚਾਹੀਦਾ। ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਜਾਣਾ। ਮਹਾਂਪੁਰਖ ਜੀ ਕਹਿੰਦੇ, ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ
ਘਰ ਦਾ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਛੱਡ ਕੇ ਕਿਤੇ ਹੋਰ ਜਾਵੇਗਾ ਤਾਂ ਉਹ ਧੱਕੇ ਹੀ ਖਾਵੇਗਾ, ਉਹਨੂੰ ਹੋਰ ਕਿਤੋਂ ਵੀ ਢੋਈ ਨਹੀਂ ਮਿਲ ਸਕਦੀ, ਕਿਉਂਕਿ ਜਿਹਨੇ ਗੁਰੂ ਨਾਨਕ ਪਾਤਸ਼ਾਹ ਵੱਲ ਪਿੱਠ ਕਰ ਲਈ ਉਹਦਾ ਭਲਾ ਹੋ ਹੀ ਨਹੀਂ ਸਕਦਾ।